ਗੱਲ ਜੀ ਸਾਰਿਆਂ ਨੂੰ, ਮੈਂ ਇਹ ਵੀਡੀਓ DGP ਪੰਜਾਬ, ਪ੍ਰਾਈਮ ਮਿਨਿਸਟਰ ਅਤੇ ਡਿਫੈਂਸ ਮਿਨਿਸਟਰ ਆਫ ਇੰਡੀਆ ਨੂੰ ਪਹੁੰਚਾਉਣਾ ਚਾਹੁੰਦਾ। ਆਹ ਵਰਦੀ 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 ਕਰਦੇ ਹੋ, ਕੀ ਇੱਜ਼ਤ ਹੈ ਸਾਡੀ? ਮੇਰੀ ਮਾਂ ਨੂੰ ਵਿੱਚ ਰੋਡ ਦੇ ਫੁੱਦੂ ਜਿਹੇ ਬੰਦਿਆਂ ਨੇ ਮਾਰਤਾ, ਅਤੇ ਪੁਲਿਸ ਕੀ ਕਰ ਰਹੀ ਹੈ ਸਾਡਾ? ਵਰਦੀ 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 ਦੀ ਇੱਜ਼ਤ ਕਰੋ, ਕੀ ਇੱਜ਼ਤ ਹੋ ਰਹੀ ਹੈ ਪ੍ਰਾਈਮ ਮਿਨਿਸਟਰ ਜੀ ਸਾਡੀ? ਦੱਸੋ, PM ਮੋਦੀ ਜੀ ਜਗ੍ਹਾ ਜਗ੍ਹਾ 'ਤੇ ਤੁਸੀਂ ਖੜ੍ਹੇ ਹੋ ਕੇ ਲੈਕਚਰ ਦਿੰਦੇ ਹੋ, ਫੌਜੀ ਇਹ ਹੈ ਫੌਜੀ ਉਹ ਹੈ, ਵਿੱਚ ਚੌਂਕ ਦੇ ਮੇਰੀ ਮਾਂ ਮਾਰਤੀ। ਉਦੋਂ ਬਾਅਦ SHO ਨਵੀਨ ਸ਼ਰਮਾ ਮੇਰੇ ਬਿਆਨ ਲੁਕੋਈ ਫਿਰਦਾ, ਘਰਦਿਆਂ ਨਾਲ ਮਾਰ ਤੋੜ ਕਰ ਰਿਹਾ ਹੈ, ਮੇਰੇ ਘਰਦਿਆਂ ਨੂੰ ਨੁਕਸਾਨ ਕਰ ਰਿਹਾ ਹਰ ਪਾਸੋਂ। ਉਹ ਬੰਦੇ ਨੇ, 1 ਸਾਲ ਹੋ ਗਿਆ ਅਸੀਂ ਕੰਪਲੇਂਟਾਂ ਦੇ ਰਹੇ ਹਾਂ ਵੀ ਸਾਡੇ ਘਰਦਿਆਂ ਨੂੰ ਖਤਰਾ ਹੈ, ਖਤਰਾ ਹੈ, ਖਤਰਾ ਹੈ। SHO ਨਵੀਨ ਨੇ 4 MPPC 69 PC 2 ਕੰਪਲੇਂਟਾਂ ਆਪਦੇ ਕੋਲ ਰੱਖੀਆਂ। ਮੇਰੇ ਕੰਪਨੀ ਕਮਾਂਡਰ ਮੇਜਰ ਖਰੇ ਸਾਹਿਬ ਨੇ ਵੀ ਸਪੈਸ਼ਲ ਉਹਨੂੰ ਲੈਟਰ ਲਿਖਿਆ, SSP ਸਾਹਿਬ ਨੂੰ, ਪ੍ਰੀਤਮ ਸਾਹਿਬ ਨੂੰ ਫਿਰੋਜ਼ਪੁਰ ਮਾਰਕ ਕੀਤਾ, ਉਹਨਾਂ ਨੇ ਅੱਗੇ ਚੱਕ ਕੇ SHO ਨੂੰ ਕਰਤਾ। SHO ਨੇ ਕੀ ਕੀਤਾ? ਫਿਰ ਆਪਦੇ ਕੋਲ ਦੱਬ ਲਈ। ਅੱਜ 1 ਸਾਲ ਹੋ ਗਿਆ ਇਹਨੂੰ, 3 ਜਨਵਰੀ ਦੀ ਗੱਲ ਹੈ, ਅੱਜ 22 ਸਤੰਬਰ ਨੂੰ ਜਦੋਂ ਮੈਂ ਅਤੇ ਮੇਰੀ ਮਦਰ ਜਾ ਰਹੇ ਸੀ, ਉਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਵੀ SHO ਸਾਡੇ ਘਰ ਦਾ ਹੈ, ਆਪਦਾ। ਉਹਨਾਂ ਨੇ ਮੇਰੀ ਮਾਂ ਨੂੰ ਮਾਰਤਾ, ਮੇਰੇ ਸੱਟਾਂ ਮਾਰੀਆਂ। 1 FIR ਕੱਟੀ, ਉਹਦੇ 'ਚ ਸਿਰਫ 2 ਨਾਮ ਲਿਖੇ, 7 ਬੰਦੇ ਸੀ। ਇੰਨਾ ਧੱਕਾ ਬਰਦਾਸ਼ਤ ਨਹੀਂ। ਮੈਨੂੰ ਕਹਿੰਦੇ ਤੇਰੀ MLR ਸਵੇਰੇ ਆਜੂਗੀ, ਤੇਰੇ ਬਿਆਨ ਸਵੇਰੇ ਹੋਣਗੇ। ਮਾਤਾ ਦੀ FIR ਕੱਟਤੀ ਮੇਰੀ ਮਦਰ ਦੀ, ਉਦੋਂ ਬਾਅਦ ਜਿਹੜੇ ਮੇਰੇ ਬਿਆਨ ਹੋਣੇ ਸੀ ਉਹ 23 ਤਰੀਕ ਨੂੰ ਲਿਖੇ, ਬਿਆਨ ਕਰਤੇ ਵਿੱਚੋਂ ਗੈਬ। ਹੁਣ ਸਿਰਫ FIR 1 ਹੈ ਸਾਡੇ ਕੋਲ, ਉਹਦੀ ਕਾਪੀ। ਜਿਹੜੇ ਮੇਰੇ ਬਿਆਨ ਸੀ ਉਹ ਵੀ ਇਹਨਾਂ ਨੇ ਗੈਬ ਕਰਤੇ, ਉਹਨਾਂ ਨੂੰ ਇੰਨਾ ਨਹੀਂ ਪਤਾ। ਪਰ SHO ਨੂੰ ਮੇਰੀ MLR ਦੀ ਕਾਪੀ ਮੇਰੇ ਕੋਲ ਪਈ ਹੈ। ਹੁਣ ਵਰਦੀ ਜਾਂ SHO ਨਵੀਨ ਸ਼ਰਮਾ ਪਾਊਗਾ ਜਾਂ ਇਹ ਸਿਪਾਹੀ ਪਾਊਗਾ ਫੌਜ ਦਾ, ਹੁਣ ਡਿਸੀਜਨ ਤੁਹਾਡੇ ਹੱਥ ਹੈ। ਲੋਕੋ, ਇਹ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਉਹਦੇ ਤੱਕ ਪਹੁੰਚ ਜੇ। ਦੂਜੀ ਗੱਲ, ਮੈਂ ਇਹ ਵੀਡੀਓ ਤਾਂ ਨਹੀਂ ਬਣਾ ਰਿਹਾ ਕਿ ਮੈਂ ਆਪਦੇ ਆਪ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ, ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕੱਲ੍ਹ ਨੂੰ ਜਦੋਂ ਮੈਂ ਠੋਕਾਂਗਾ ਨਾ ਸਾਰਿਆਂ ਨੂੰ, ਜਦੋਂ ਵਿੱਚ ਨਵੀਨ ਸ਼ਰਮਾ ਵੀ ਹੋਊਗਾ ਉਹਦੇ ਵਿੱਚ, ਅਤੇ ਉਹਦਾ ਜਵਾਬ ਦੇਣ ਲਈ ਮੇਰੇ ਕੋਲ ਟਾਈਮ ਨਹੀਂ ਹੋਊਗਾ। ਅਤੇ ਜਿਹੜੇ ਲੋਕ ਇਹ ਸੋਚਦੇ ਆ ਨਾ ਵੀ ਟਾਈਮ ਪੈਣ ਨਾਲ ਗੱਲ ਠੰਡੀ ਹੋ ਜਾਂਦੀ, ਜੇ ਟਾਈਮ ਪਿਆ ਗੱਲ ਠੰਡੀ ਹੁੰਦੀ ਨਾ ਤਾਂ ਮੇਰਾ ਖਿਆਲ ਅੱਜ ਦੀ ਡੇਟ 'ਚ ਨਾ ਊਧਮ ਸਿੰਘ ਹੀ ਹੋਣਾ ਸੀ, ਸ਼ਹੀਦ ਊਧਮ ਸਿੰਘ ਨਹੀਂ ਲੱਗਣਾ ਸੀ। ਇਹ ਨਵੀਨ ਸ਼ਰਮਾ, ਤੈਨੂੰ ਮੈਂ ਦੱਸ ਰਿਹਾ, ਤੂੰ ਆਪਦੇ ਦਿਲ 'ਚੋਂ ਇਹ ਵਹਿਮ ਕੱਢ ਦੇ ਵੀ ਤੂੰ SHO ਦੀ ਕੁਰਸੀ 'ਤੇ ਬੈਠਾ ਤਾਂ ਕੁਛ ਵੀ ਕਰ ਦੇਗਾ, ਠੀਕ ਹੈ? ਇਹ ਵਰਦੀ ਮੈਂ ਕਿਸੇ ਨੂੰ ਕੁਛ ਦੇ ਲੈ ਕੇ ਨਹੀਂ ਪਾਈ, ਆਪਦੇ 'ਚ ਦਮ ਸੀ ਤਾਂ ਪਾਈ ਆ, ਅਤੇ ਤੇਰੀ ਲਵਾਵਾਂਗਾ ਜੇ ਆਪਦੇ 'ਚ ਦਮ ਹੈ ਮੇਰੇ, ਠੀਕ ਹੈ ਨਾ? ਲਿਖ ਕੇ ਲੈ ਲੈ ਮੇਰੇ ਤੋਂ, ਫਿਰੋਜ਼ਪੁਰ ਦਾ SHO ਨਵੀਨ ਸ਼ਰਮਾ। 3 ਜਨਵਰੀ ਨੂੰ ਮੇਰੀ ਮਾਂ ਜਿਹਨੂੰ ਮਾਰਤਾ, SP ਕਸ਼ਮੀਰ ਕੋਲ ਕੋਰ ਕੋਲ ਪੇਸ਼ ਹੋਈ ਸੀ, ਉਹਨੇ ਮਾਰਕ ਕੀਤੀ ਇਹਨਾਂ ਨੂੰ ਕੰਪਲੇਂਟ, ਇਹਨੇ ਆਪਦੇ ਕੋਲ ਨੱਪ ਲਈ। ਉਦੋਂ ਬਾਅਦ ਮੇਰੇ ਫਾਦਰ ਸਾਹਿਬ ਰੋਂਦੇ ਰੋਂਦੇ 28 ਜਨਵਰੀ ਨੂੰ ਅੱਕ ਕੇ ਸੋਲਜਰ ਬੋਰਡ ਗਏ ਫਿਰੋਜ਼ਪੁਰ। ਸੋਲਜਰ ਬੋਰਡ ਤੋਂ ਰਿਟਾਇਰਡ ਕਰਨਲ ਜਿਹੜੇ ਬੈਠਦੇ, ਉਹਨਾਂ ਨੇ ਸਪੈਸ਼ਲ ਲੈਟਰ ਬਣਾ ਕੇ ਭੇਜਿਆ SSP ਸਾਹਿਬ ਨੂੰ। ਉਹ ਲੈਟਰ ਵੀ ਗਿਆ SHO ਨਵੀਨ ਸ਼ਰਮਾ ਕੋਲ, ਉਹ ਵੀ ਦੱਬਿਆ ਪਿਆ। ਉਹਦਾ ਕੰਪਲੇਂਟ ਨੰਬਰ ਹੈ 4 MPPC। ਹੁਣ ਜਵਾਬ ਦਿਓ, ਆਹ ਦੇਸ਼ ਦਾ ਫੌਜੀ ਫੌਜੀ ਮੋਦੀ ਜੀ ਹਰ ਜਗ੍ਹਾ ਕਹਿੰਦੇ ਹੋ ਵੀ ਫੌਜੀਆਂ ਦੀ ਇੱਜ਼ਤ ਕਰੋ, ਇਹ ਕਰੋ, ਕੀ ਹੋ ਰਿਹਾ? ਮੈਂ ਮਨੀਪੁਰ ਬੈਠਾ ਸੀ, ਮੇਰੇ ਟਾਵਰ ਨੈਟਵਰਕ ਵੀ ਨਹੀਂ ਆਉਂਦਾ ਸੀ ਫੋਨ ਦਾ, ਖਾਣ ਨੂੰ ਮਿਲਦਾ ਨਹੀਂ ਸੀ, ਅਤੇ ਮੇਰੇ ਘਰਦਿਆਂ ਨਾਲ ਫੋਨ 'ਤੇ ਗੱਲ ਵੀ ਨਹੀਂ ਹੁੰਦੀ ਸੀ, ਮੇਰੇ ਘਰਦੇ ਰੋਂਦੇ ਰਹੇ। ਆਹ ਇੱਜ਼ਤ ਹੋ ਰਹੀ ਉਹਨਾਂ ਦੀ? ਹੈਂ, 5 ਨਾਮ ਚੰਗੀ ਤਰ੍ਹਾਂ ਪਛਾਣਦਾ ਵੇਖਦਾ ਹੋਇਆ ਮੈਂ, ਉਹਨਾਂ ਨੇ 2 ਨਾਮ ਪਾਏ। ਉਹ ਸ਼ਰਮ ਕਰੋ, ਪਤਾ ਨਹੀਂ ਓਏ SHO ਸ਼ਰਮ ਕਰ, ਤੂੰ ਵਰਦੀ ਪਾਈ ਹੈ, ਵਰਦੀ ਦੀ ਤਾਂ ਇੱਜ਼ਤ ਕਰ, ਤੂੰ ਨਹੀਂ ਕੀਤੀ ਹੁਣ ਹੁਣ ਰਹਿਣ ਨਹੀਂ ਦੇਣੀ ਤੇਰੇ ਕੋਲ ਮੈਂ ਵਰਦੀ, ਜਾਂ ਮੇਰੀ ਨਹੀਂ ਰਹਿਣੀ, ਇੱਕ ਤਰੀਕਾ ਹੈ ਤੇਰੇ ਕੋਲ। ਉਹਨਾਂ ਨੂੰ ਤਾਂ ਮੈਂ ਰਹਿਣ ਨਹੀਂ ਦੇਣਾ ਸ਼ਹਿਰ 'ਚ, ਦੌਲਤਰਾਂ ਨੂੰ, ਉਹਨਾਂ ਦੀ ਤਾਂ ਜੁੱਲੀਆਂ ਵਿਖਾ ਕੇ ਰਹਾਂਗਾ ਅਤੇ ਠੋਕਾਂਗਾ ਵੀ ਜੇ ਲੋੜ ਪਈ। ਜੇ ਮੈਨੂੰ ਇਨਸਾਫ ਨਾ ਮਿਲਿਆ ਨਾ ਤਾਂ ਇੱਕ ਬਾਗੀ ਅਤੇ ਫੌਜੀ 'ਚ ਫਰਕ ਨਹੀਂ ਹੁੰਦਾ, ਇਹ ਫਰਕ ਮੈਂ ਦੂਰ ਕਰਾਂਗਾ, ਦੂਰ, ਠੀਕ ਹੈ? ਬਾਗੀ ਬਣ ਕੇ ਵਿਖਾਵਾਂਗਾ, ਉਹਨਾਂ ਨੂੰ ਤਾਂ ਠੋਕਣਾ ਹੀ ਹੈ ਜੇ ਮੈਨੂੰ ਇਨਸਾਫ ਨਾ ਮਿਲਿਆ। ਨਾਲ SHO ਨਵੀਨ, ਤੂੰ ਵੀ ਮੇਰੀ ਕਚਹਿਰੀ 'ਚ ਹਿੱਸਾ ਪਵਾਏਗਾ, ਠੀਕ ਹੈ ਨਾ? ਲਿਖ ਕੇ ਲੈ ਲੈ, ਤੈਨੂੰ ਆਉਂਦਾ ਕਿ ਤੂੰ ਚੀਜ਼ ਕੀ ਹੈ ਯਾਰ, ਦਿਨ ਰਾਤ ਕੀਤਾ ਬ੍ਰਹਮਾ ਬੋਰਡਰਾਂ 'ਤੇ, ਠੀਕ ਹੈ ਭੈਣ ਚੋ ਮੋਟੀ ਜੀ? ਹੁਣ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ ਤੈਨੂੰ, ਬਸ ਇਹ ਵੀਡੀਓ ਮੇਰੀ DGP ਪੰਜਾਬ, ਡਿਫੈਂਸ ਮਿਨਿਸਟਰ ਅਤੇ PMO ਤੱਕ ਪਹੁੰਚਾਈ ਜੇ। ਨਾਲ ਇਹ ਚੈਨਲ ਵਾਲੇ ਬਹੁਤ ਵੱਡੀਆਂ ਗੱਲਾਂ ਕਰਦੇ ਆ, ਜਿੱਦਣ ਕੋਈ ਫੌਜੀ ਮਰਦਾ ਨਾ ਇੱਕ ਦਿਨ ਸਲੂਟ ਮਾਰ ਕੇ ਗੱਲ ਖਤਮ, ਹੈ ਨਾ? ਕਮਲ ਸ਼ਰਮਾ ਜੀ BJP ਦੇ ਪੰਜਾਬ ਪ੍ਰਧਾਨ ਰਹਿ ਚੁੱਕੇ, ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਹੈ। ਉੱਥੇ ਮੁੰਡਾ ਸ਼ਹੀਦ ਹੋਇਆ ਸੀ ਜੀਰੇ, ਇੱਕ ਤੁਸੀਂ ਇਹੋ ਜਿਹੇ ਮੰਤਰੀ ਸੀ ਜਿਹਨੂੰ ਮੈਂ ਉੱਥੇ ਵੇਖਿਆ ਸੀ, ਠੀਕ ਹੈ? ਅੱਜ ਤੁਹਾਨੂੰ ਵੀ ਰਿਕੁਐਸਟ ਕਰਦਾ ਇਹਦੇ 'ਤੇ, ਵੇਖਦਾ ਮੈਂ ਕੀ ਐਕਸ਼ਨ ਲੈਂਦੇ ਹੋ ਤੁਸੀਂ। ਅਤੇ ਮੀਡੀਆ ਵਾਲੇ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ, 15 ਅਗਸਤ 26 ਜਨਵਰੀ ਨੂੰ। ਅੱਜ ਮੈਂ ਦੇਖਾਂਗਾ ਕਿਹੜਾ ਚੈਨਲ ਇਹਨੂੰ ਟੈਲੀਕਾਸਟ ਕਰਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਲਾਮ ਸ਼ਹੀਦਾਂ ਨੂੰ।